ਤੋ ਦੋਸਤੋ ਇੱਕ ਵਾਰੀ ਫੇਰ ਤੁਹਾਡਾ 18.3 ਦਾ ਸਾਡੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਅੱਜ ਗੱਲ ਕਰਾਂਗੇ ਸਭ ਤੋਂ ਵੱਡੀ ਖਬਰ ਤੇ ਮੋਗਾ ਦੇ ਨੇੜੇ ਪਿੰਡ ਡੱਲੇ ਦਾ ਰਹਿਣ ਵਾਲਾ ਅਰਸ਼ਦੀਪ ਸਿੰਘ ਗਿੱਲ ਅਲਾਰਸ ਉਰਫ ਅਰਸ਼ ਡੱਲਾ ਉਸ ਨੂੰ ਯੂਨੀਅਨ ਹੋਮ ਮਿਨਿਸਟਰੀ ਨੇ ਡੈਜ਼ਿਗਨੇਟਿਡ ਟੈਰਰਿਸਟ ਡਿਕਲੇਅਰ ਕਰ ਦਿੱਤਾ ਹਾਲਾਂਕਿ ਇਸ ਡੈਕਲੇਰੇਸ਼ਨ ਦਾ ਕੋਈ ਜ਼ਿਆਦਾ ਫਾਇਦਾ ਹੁੰਦਾ ਨਜ਼ਰ ਨਹੀਂ ਆਉਂਦਾ ਪਰ ਅਰਥ ਦੱਲਦੇ ਨਾਂ ਦੇ ਨਾਲ ਇੱਕ ਹੋਰ ਜਿਹੜੀ ਧਾਰਾ ਹੈ ਉਹ ਜੋੜ ਦਿੱਤੀ ਗਈ ਆ ਲੜੀ ਉਹਨੇ ਇਕਲਾਬ ਇੰਟਰਪੋਲ ਦਾ ਰੈਡ ਕਾਰਨਰ ਨੋਟਿਸ ਇੱਕ ਅਦਾਲਤ ਨੇ ਉਹਨੂੰ ਪਗੋੜਾ ਵੀ ਕਰਾਰ ਦਿੱਤਾ ਹੋਇਆ ਹੈ ਤੇ ਹੁਣ ਭਾਰਤ ਸਰਕਾਰ ਨੇ ਉਹਨੂੰ ਡੈਜ਼ਿਗਨੇਟਿਡ ਟੈਰਰਿਸਟ ਵੀ ਬਣਾ ਦਿੱਤਾ ਸਖਤ ਕਾਨੂੰਨ ਅਨਲਾਪਲ ਐਕਟੀਵਿਟੀਜ਼ ਪ੍ਰिवेंशन ਐਕਟ UA PA ਦੇ ਤਹਿਤ ਇਹ ਐਕਸ਼ਨ ਲਿਆ ਗਿਆ ਔਰ ਜੋ ਭਾਰਤ ਸਰਕਾਰ ਨੇ ਇਹਦੇ ਚ ਉਹਦੇ ਖਿਲਾਫ ਜਿਹੜਾ ਡੋਸੀਏ ਬਣਾਇਆ ਉਹਦੇ ਚ ਬੜੀਆਂ ਸੰਗੀਨ ਇਲਜ਼ਾਮ ਲਾਏ ਗਏ ਆ ਅਰਸ਼ ਨਾਲ ਲਾਤੇ ਕਿ ਅਰਸ਼ ਭਾਰਤ ਵਿੱਚ ਕੈਨੇਡਾ ਵਿੱਚ ਔਰ ਹੋਰ ਥਾਵਾਂ ਤੇ ਵੀ ਰੋਟੀ ਦੇ ਕੇਸਸ ਇਨਵੋਲਡ ਹੈ ਕਤਲ ਦੇ ਕੇਸਸ ਚ ਇਨਵੋਲਡ ਹੈ ਔਰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਕੇਸ ਚ ਕੇਸਾਂ ਚ ਇਨਵੋਲਡ ਹੈ ਡਰੱਗ ਦੀ ਔਰ ਹਥਿਆਰਾਂ ਦੀ ਤਸਕਰੀ ਕਰਵਾਦਾ ਹੈ ਅਕ੍ਰੋਸ ਦਾ ਬਾਰਡਰ ਇਸ ਕਿਸਮ ਦੇ ਸਾਰੇ ਔਰ ਜਿਹੜੀਆਂ ਆਰਗੇਨਾਈਜ਼ ਕ੍ਰਾਈਮ ਦੀਆਂ ਗਤੀਵਿਧੀਆਂ ਨੇ ਉਹਨਾਂ ਚ ਹਿੱਸੇਦਾਰ ਹੈ ਔਰ ਗੈਂਗਵਾਰ ਜਿਹੜੀ ਪੰਜਾਬ ਚ ਹੋ ਰਹੀ ਆ ਉਹਦੇ ਤੋਂ ਦਾ ਬਹੁਤ ਉਲਾਹ ਹਤਿਆਜ ਕਿਸੇਆਂ ਸਾਰੀਆਂ ਗੱਲਾਂ ਜੋ ਕਿਸੇ ਸਖਸ਼ ਦੇ ਕ੍ਰਿਮੀਨਲ ਹਿਸਟਰੀ ਨਾਲ ਜੁੜੀਆਂ ਹੋ ਸਕਦੀਆਂ ਨੇ ਉਹ ਸਾਰੀਆਂ ਦਾ ਜ਼ਿਕਰ ਇਸ ਆਰਡਰ ਵਿੱਚ ਕੀਤਾ ਗਿਆ ਹੈ ਇਸ ਆਰਡਰ ਵਿੱਚ ਕੀਤਾ ਗਿਆ ਹੈ ਜਿਸ ਤੇ ਤੁਸ ਨੂੰ ਡੈਜ਼ਿਗਨੇਟਡ ਮਤਲਬ ਇੱਕ ਕੋਸ਼ਤ ਕੋਸ਼ਤ ਟੈਰਰਿਸਟ ਅਤਵਾਦੀ ਡਿਕਲੇਰ ਕੀਤਾ ਗਿਆ ਵੀ ਦੱਸਿਆ ਗਿਆ ਕਿ ਅਰਸ਼ ਦੱਲਾ ਦਾ ਸੰਬੰਧ ਖਾਲਸਤਾਨ ਟਾਈਗਰ ਫੋਰਸ ਨਾਲ ਹੈ ਜੋ ਆਲਰੇਡੀ ਇੱਕ ਬੈਨਡ ਸੰਸਥਾ ਹੈ ਜਿਹਦੇ ਤੇ ਪ੍ਰਤੀਬੰਧ ਲੱਗਿਆ ਹੋਇਆ ਰੋਕ ਲੱਗੀ ਹੋਈ ਹੈ ਉਸ ਸੰਸਥਾ ਜਿਸ ਨੂੰ ਅੱਜਕੱਲ ਹਰਦੀਪ ਸਿੰਘ ਨਿੱਜ ਨਾਮ ਦਾ ਸੰਗ ਚਲਾ ਰਿਹਾ ਉਹਦੇ ਨਾਲ ਅਰਸ਼ ਦੱਲਾ ਦੇ ਤਾਰ ਜੁੜੇ ਹੋਏ ਦੱਤੇ ਜਾਂਦੇ ਨੇ ਔਰ ਇਹ ਵੀ ਹੋਮ ਮਿਨਿਸਟਰ ਦੇ ਮਿਨਿਸਟਰੀ ਦੇ ਆਰਡਰ ਚ ਕਿਹਾ ਗਿਆ ਕਿ ਅਰ ਦਰਲਾ ਦਾ ਨੈਟਵਰਕ ਜਿਹੜਾ ਹੈ ਉਹ ਕੈਨੇਡਾ ਤੋਂ ਇਲਾਵਾ ਪਾਕਿਸਤਾਨ ਮਨੀਲਾ ਔਰ ਮਲੇਸ਼ੀਆ ਵਿੱਚ ਵੀ ਹੈ ਔਰ ਤੁਸੀਂ ਦੇਖਿਆ ਹੁਣ ਆ ਪਿਛਲੇ ਕੁਝ ਸਾਲਾਂ ਚ ਕੁਝ ਅਰੇਹੇ ਬੰਦਿਆ ਤੇ ਹਮਲੇ ਹੋਏ ਜਾਂ ਉਹਨਾਂ ਤੋਂ ਫਰਤੀਆਂ ਮੰਗੀਆਂ ਗਈਆਂ ਜਿਹੜੇ ਚੀਨਾ ਦਾ ਤਲਕ ਮਨੀਲਾ ਨਾਲ ਜਾਂ ਮਲੇਸ਼ੀਆ ਨਾਲ ਵੀ ਹੈ ਤੋ ਇਹ ਤਾਰੀਆਂ ਗੱਲਾਂ ਦਾ ਜ਼ਿਕਰ ਕਰਦੇ ਹੋਏ ਹੋਮ ਮਿਨਿਸਟਰੀ ਨੇ ਇਹ ਹੁਕਮ ਕੱਢਿਆ ਹੁਣ ਤੇ ਕੋਈ ਔਰੇ ਕੋਈ ਅਰਸ਼ ਡਲਾ ਕੱਲਾ ਨਹੀਂ ਹੈ ਪਿਛਲੇ ਇੱਕ ਹਫਤੇ ਚ ਭਾਰਤ ਸਰਕਾਰ ਨੇ ਪੰਜ ਬੰਦਿਆਂ ਨੂੰ ਡੈਜ਼ਿਗਨੇਟਿਡ ਟੈਰਰਿਸਟ ਕੋਸ਼ਿਤ ਕੀਤਾ ਜਿਨ੍ਹਾਂ ਚ ਕੁਝ ਇਸਲਾਮਿਕ ਸੰਸਥਾਵਾਂ ਦੇ ਬੰਦੇ ਵੀ ਨੇ ਜਿਨ੍ਹਾਂ ਦਾ تعلق ਪਾਕਿਸਤਾਨ ਰੋ ਅਫਗਾਨਿਸਤਾਨ ਨਾਲ ਦੱਸਿਆ ਗਿਆ ਹੈ ਔਰ ਕੁਝ ਹੋਰ ਬੰਦੇ ਨੇ ਔਰ ਪੰਜਵਾਂ ਸਖਸ ਲੇਟਸ ਜੀ ਨੂੰ ਕੱਲ 100 ਵਰ ਵਾਲੇ ਦਿਨ ਇਹ ਆਰਡਰ ਕੱਢਿਆ ਗਿਆ ਕਿ ਇਹ ਡੈਜ਼ਿਗਨੇਟਿਡ ਟੈਰਰਿਸਟ ਹੈ। ਇਹ ਕੈਟਾਗਰੀ ਦਾ ਗੈਂਗਸਟਰ ਤਾਂ ਪਹਿਲਾਂ ਹੀ ਸੀਗਾ। ਹੁਣ ਨਾਲ ਟੈਰਰਿਸਟ ਦਾ ਟੈਗ ਵੀ ਅਰਸ਼ ਦੱਲਾ ਦੇ ਨਾਲ ਜੁੜ ਗਿਆ। ਬਹੁਤੀਆਂ ਐਕਟੀਵਿਟੀਜ਼ ਇਹਦੀਆਂ ਮੋਗਾ, ਜਗਰਾਉ, ਲੁਧਿਆਣਾ, ਕੋਟਕਪੂਰਾ, ਬਗਾਪੁਰਾਣਾ ਇਹ ਇਲਾਕਿਆਂ 'ਚ ਰਹੀਆਂ ਨੇ ਜੋ ਉਹਦਾ ਉਹਦੀ ਪਿਸ਼ਤ ਭੂਮੀ ਹੈ ਉਹਦਾ ਸਟਰੋਂਗਹੋਲਡ ਹੈ। ਅਰ ਇਹਦੀ ਇੱਕਦਮ ਲੋੜ ਕਿਉਂ ਪਈ ਆ ਵੀਰੇ ਨੂੰ ਧਿਆਨ ਨਾ ਦੇਖੀਏ। ਤੁਹਾਨੂੰ ਯਾਦ ਹੋਏਗਾ ਕਿ 7 ਤਰੀਕ ਨੂੰ ਜਗਰਾਉਂ ਦੇ ਨੇੜੇ ਇੱਕ ਪਿੰਡ ਬਾਰ ਦੇ ਕੇ ਉੱਥੇ ਇੱਕ ਪਰਮਜੀਤ ਸਿੰਘ ਨਾ ਦੇ ਸਾਕ ਦਾ ਦਿਨ ਦਿਹਾੜੇ ਦੇ ਪਰਦੇ 2 ਵਜੇ ਉਹਦੇ ਘਰ ਵਿੱਚ ਕੁਸ ਕੇ ਅਟੈਕ ਕਰਕੇ ਗੋਲੀਆਂ ਮਾਰ ਕੇ ਜਿਸ ਵਿੱਚ 9 ਐਮ ਐਮ ਦੀ ਪਿਸਤਲ ਇਸਤੇਮਾਲ ਕੀਤੀ ਗਈ। ਜਿਹੜੇ ਖੋਲ ਮਿਲੇ ਸੀ ਉੱਥੋਂ ਉਹਨਾਂ ਤੇ ਪੀ ਓ ਐਫ ਲਿਖਿਆ ਹੋਇਆ ਪਾਇਆ ਗਿਆ ਪਹਿਲਾਂ ਪੁਲਿਸ ਨੂੰ ਸ਼ੱਕ ਹੋਇਆ ਕਿ ਕਿਸੇ ਪਾਕਿਸਤਾਨੀ ਮੇਕ ਦੇ ਕਾਰਤੂਸ ਨੇ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਇੰਡੀਅਨ ਆਰਡੀਨੈਂਸ ਫੈਕਟਰੀ ਦੀ ਬਣੀ ਹੋਈ ਹੈ ਜਿਹਦਾ ਪਹਿਲਾ ਜਿਹੜਾ ਅੱਖਰ ਹੈ ਉਹ ਪੀ ਹੈ ਮਤਲਬ ਪੀ ਕਿਤੇ ਸ਼ਹਿਰ ਤੇ ਦਿੱਤੀ ਐ ਫੈਕਟਰੀ ਇੰਡੀਅਨ ਆਲਡੀਨੈਂਸ ਫੈਕਟਰੀ ਹੋਣੀ ਆ ਉਤੋਂ ਦੀ ਬਣੀ ਆ ਜਿਵੇਂ ਮਤਲਬ ਫਾਰ ਇਗਜ਼ਾਮਪਲ ਆਪ ਕਹ ਲਈਏ ਪਾਣੀਪਤ ਜਾਂ ਪੈਂਪਰੀ ਜਾਂ ਇਸ ਕਿਸਮ ਦਾ ਕੋਈ ਹੋਰ ਜਿੱਥੇ ਵੀ ਉਹ ਫੈਕਟਰੀ ਹੋਣੀ ਆ ਉਹ ਸ਼ਹਿਰ ਦਾ ਨਾਮ ਪੀ ਤੋਂ ਸ਼ੁਰੂ ਹੋਣਾ ਔਰ ਪੀਓਐਫ ਮੀਨਜ਼ ਉਹ ਸ਼ਹਿਰ ਦਾ ਨਾਮ ਤੇ ਅੱਗੇ ਆਲਡੀਨੈਂਸ ਫੈਕਟਰੀ ਜਿੱਥੇ ਹਥਿਆਰ ਬਣਦੇ ਨੇ ਤੇ ਕਾਰਤੂਸ ਬਣਦੇ ਨੇ ਸੋ ਇਹ 9 ਐਮਐਮ ਦੇ ਕਾਰਤੂਸ ਭਾਰਤ ਦੀ ऑर्डिनेंस फैक्ट्री ਦੇ ਬਣੇ ਹੋਏ ਨੇ ਇੱਕ ਨਵਾਂ ਖੁਲਾਸਾ ਇਹਦਾ ਮਤਲਬ ਹੈ ਕਿਤੋਂ ਨਾ ਕਿਤੋਂ ਇਹਨਾਂ ਕ੍ਰਿਮੀਨਲ ਜਿਹੜੇ ਇਹੋ ਜੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੂੰ ਹਥਿਆਰਾਂ ਦੇ ਨਾਲ ਨਾਲ ਜਿਹੜਾ ਐਮੂਨੀਸ਼ਨ ਹੈ ਉਹ ਭਾਰਤ ਦਾ ਬਣਿਆ ਹੋਇਆ ਹੀ ਸਾਡੀਆਂ ਜਿਹੜੀਆਂ ਫੈਕਟਰੀਆਂ ਨੇ ਆਰਮੀ ਦੀਆਂ ਡਿਫੈਂਸ ਮਿਨਿਸਟਰੀਆਂ ਉਤੋਂ ਦਾ ਬਣਿਆ ਜਿਹੜਾ ਅਸਲਾ ਹੈ ਉਹ ਮਿਲ ਰਿਹਾ ਹਥਿਆਰ ਤੇ ਇੱਕ ਵਾਰੀ ਮੰਗਵਾਣੇ ਹੁੰਦੇ ਆ ਗੋਲੀਆਂ ਦੀ ਲੋੜ ਬਾਰ-ਬਾਰ ਪੈਂਦੀ ਏ ਤਾਂ ਗੋਲੀਆਂ ਦੀ ਡਿਮਾਂਡ ਕਿੱਥੋਂ ਪੂਰੀ ਹੋਏਗੀ ਨਾ ਹੀ ਮੈਮ ਪਰਹੈਪਟੜ ਬੋਲ ਰਹੇ ਜਿਹੜੀਆਂ ਆਪਣੀਆਂ ਗਨ ਸਟੋਰ ਹੁੰਦੇ ਆ ਸ਼ਹਿਰਾਂ 'ਚ ਜਿੱਥੇ ਲਾਇਸੈਂਸ ਹਥਿਆਰਾਂ ਨੂੰ ਗੋਲੀਆਂ ਦਿੱਤੀਆਂ ਜਾਂਦੀਆਂ ਨੇ ਜਾਂਦੀਆਂ ਨੇ ਬਾਰੂਦ ਦਿੱਤਾ ਜਾਂਦਾ ਉਤੋਂ ਇਹ ਉਪਲਬਧ ਨਹੀਂ ਆ ਇਹਦਾ ਮਤਲਬ ਇਹਾਂ ਦੀ ਸਪਲਾਈ ਕਿਤੋਂ ਨਾ ਕਿਤੋਂ ਹੋਰ ਹੋ ਰਹੀ ਆ ਇਹ ਐਂਗਲ ਤੇ ਵੀ ਪੁਲਿਸ ਕੰਮ ਕਰ ਰਹੀ ਆ ਹੁਣ ਦੇਖੋ ਇਹ ਪਰਮਜੀਤੇ ਜੋ ਹਮਲਾ ਹੁੰਦਾ ਕੋਈ ਬਹੁਤ ਵੱਡਾ ਲੈਨ ਲੋੜ ਆਦਮੀ ਨਹੀਂ ਹੈ ਕੋਈ ਅਮੀਰ ਆਦਮੀ ਨਹੀਂ ਹੈ ਕੋਈ ਸੈਲੀਬ੍ਰਿਟੀ ਨਹੀਂ ਕੋਈ ਵੱਡਾ ਆਦਮੀ ਨਹੀਂ ਕੋਈ ਜ਼ਿਮੀਦਾਰ ਨਹੀਂ ਕੋਈ ਨੰਬਰਦਾਰ ਨਹੀਂ ਕੋਈ ਸਰਪੰਚ ਨਹੀਂ ਕੁਝ ਨਹੀਂ ਉਹ ਇੱਕ ਮਾਮੂਲੀ ਇਲੈਕਟ੍ਰੀਸ਼ੀਅਨ ਆ ਉਹਦੀ ਜ਼ਮੀਨ ਇੱਕ ਏਕੜ ਹੈ ਛੋਟਾ ਜਿਹਾ ਘਰ ਹੈ ਪਿੰਡ 'ਚ ਉਸ ਬੰਦੇ ਨੂੰ ਮਾਰਿਆ ਗਿਆ ਉਹਦੀ ਮਾਰਨ ਤੋਂ ਅਗਲੇ ਦਿਨ ਇੱਕ ਫੇਸਬੁਕ ਤੇ ਪੋਸਟ ਪਾਈ ਜਾਂਦੀ ਉਹ ਪੋਸਟ ਪਾਈ ਜਾਂਦੀ ਹੈ ਜਿਹੜੀ ਉਹ ਜਿਸ ਸ਼ਖਸ ਦੇ ਨਾਂ ਤੇ ਪਾਈ ਜਾਂਦੀ ਹੈ ਉਹਦਾ ਨਾਂ ਦੱਸਿਆ ਜਾਂਦਾ ਜਸਪ੍ਰੀਤ ਜੱਸੀ ਜਿਹੜਾ ਖਰੜ ਦਾ ਰਹਿਣ ਵਾਲਾ ਸੀ ਜਿਹਨੂੰ ਜਸਪ੍ਰੀਤ ਖਰੜ ਵੀ ਕਹਿੰਦੇ ਸੀ ਉਹ ਮਰ ਚੁੱਕਾ ਉਹਦਾ ਫੇਸਬੁਕ ਅਕਾਊਂਟ ਕਿ ਹੋਏਗਾ ਜਿਹਨੂੰ ਆਪਰੇਟ ਕੀਤਾ ਗਿਆ ਉਹ ਸ਼ਖਸ ਨੇ ਜਿਹਨੇ ਆਪਣੇ ਆਪ ਨੂੰ ਅਰਸ਼ ਦੱਲਾ ਕਿਹਾ ਪੰਜਾਬੀ ਚ ਲਿਖਿਆ ਹੋਇਆ ਹੈ ਫੇਸਬੁਕ ਪੋਸਟ ਉਹਨੇ ਤੇ ਕਲੇਮ ਕੀਤਾ ਗਿਆ ਕਿ ਮੈਂ ਔਰ ਮੇਰੇ ਸਾਥੀਆਂ ਨੇ ਇਸ ਪਰਮਜੀਤ ਸਿੰਘ ਦੇ ਨਾਮ ਦੇ ਬੰਦੇ ਨੂੰ ਜਿਹਦਾ ਪਿੰਡ ਬਾਹਰ ਤੇ ਕੇ ਟਿਕਰਾਉਂਦੇ ਨੇੜੇ ਬਾਹਰ ਦੇ ਛੇ ਚ ਮਾਰਿਆ ਔਰ ਮਾਰਨ ਦਾ ਕਾਰਨ ਇਹ ਦੱਸਿਆ ਕਿ ਪਰਮਜੀਤ ਸਿੰਘ ਦੀ ਵਜ੍ਹਾ ਕਰਕੇ ਮੇਰੇ ਛੋਟੇ ਭਰਾ ਦਿਲਪ੍ਰੀਤ ਢਾਲੀਵਾਲ ਨੇ ਖੁਦ ਕਚੀ ਕਰ ਲਈ ਸੀ ਦਾਂਤਾਂ ਮਤਲਬ ਉਹਦੇ ਇੱਕ ਕਿ ਪਰਮਜੀਤ ਸਿੰਘ ਬਾੜ ਦੇ ਪਿੰਡ ਦੇ ਨਵਾਸੀ ਨੇ ਇਹਦੇ ਇੱਕ ਜਾਣ ਪਹਿਚਾਨ ਵਾਲੇ ਬੰਦੇ ਜਿਹਨੂੰ ਆਪਾਂ ਆਮ ਤੌਰ ਤੇ ਸਾਰੇ ਭਰਾ ਕਹਦੇ ਨੇ ਇਹਦਾ ਸਗਾ ਭਰਾ ਨਹੀਂ ਆ ਉਹ ਉਤਾਲੀ ਵਾਲਾ ਹੈ ਔਰ ਉਹ ਮੰਨੀਆਂ ਪਿੰਡ ਦਾ ਰਹਿਣ ਵਾਲਾ ਉਸ ਪਿੰਡ ਦੇ ਇੱਕ ਜਲ ਨੌਜਵਾਨ ਨੂੰ ਇਹ ਹਸਟੱਲਾ ਦਾ ਅਗਰੂ ਫੇਸਬੁੱਕ ਸਹੀ ਹੈ ਤਾਂ ਉਹਦਾ ਕਹਿਣਾ ਹੈ ਕਿ ਉਹ ਮੇਰਾ ਭਰਾ ਸੀ ਛੋਟਾ ਉਨੂੰ ਇਹਨੇ ਬਹੁਤ ਤੰਗ ਕੀਤਾ ਪਰਮਜੀਤ ਸਿੰਘ ਨੇ ਔਰ ਇਹ ਤੋਂ ਦੁਖੀ ਹੋ ਕੇ ਉਸ ਦਿਲਪਰੀ ਢਾਲੀਵਾਲ ਨੇ ਕੁੱਦਕੱਚੀ ਕਰ ਲਈ ਉਹਦਾ ਬਦਲਾ ਲੈਣ ਲਈ ਅਸੀਂ ਪਰਮਜੀਤ ਸਿੰਘ ਨੂੰ ਮਾਰਿਆ ਇਲੈਕਟ੍ਰੀਸ਼ੀਅਨ ਉਹਦੇ ਘਰ ਜਾ ਕੇ ਮਾਰ ਦਿੱਤੇ ਇਹ ਗੋਲੀਆਂ ਤੇ ਸਿਰ 'ਚ ਵੱਜੀ ਹੋਈ ਹੈ ਕੋਈ ਛਾਤੀ 'ਚ ਲੱਗੀਆਂ ਨੇ ਔਰ ਇਹ ਸਾਰੇ ਦਾ ਸਾਰਾ ਮੰਜ਼ਰ ਸੀਸੀਟੀਵੀ ਕੈਮਰੇ ਤੇ ਕੈਦ ਹੋਇਆ ਇਹ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਇਹ হামਲਾ اچانک ਨਹੀਂ ਹੋਇਆ ਪਹਿਲਾਂ ਪਰਮਜੀਤ ਨੂੰ ਧਮਕੀਆ ਮਣੀਆ ਹੋਣ ਗਿਆ ਸ਼ਾਇਦ ਉਹਨੇ ਦੀ ਕੰਪਲੇਂਟ ਜਿਹੜੀ ਹੈ ਸ਼ਿਕਾਇਤ ਉਹ ਪੁਲਿਸ ਤੋਂ ਵੀ ਕੀਤੀ ਹੋਏਗੀ ਔਰ ਆਪਣੀ ਸੇਫਟੀ ਲਈ ਉਸ ਬੰਦੇ ਨੇ ਘਰੇ ਕੈਮਰੇ ਵੀ ਲਵਾ ਲਏ ਲੇਕਿਨ ਕੈਮਰੇ ਘਟਨਾ ਤੋਂ ਪਹਿਲਾਂ ਤਾਂ ਰੋਕ ਨਹੀਂ ਸਕਦੇ ਲੇਕਿਨ ਘਟਨਾ ਤੋਂ ਬਾਅਦ ਕੋਈ ਜਿਹੜੀ ਆਪਣੀ ਕੈਦ ਕੀਤੀ ਹੋਈ ਜਾਂ ਤਸਵੀਰਾਂ ਹੁੰਦੀਆਂ ਉਹ ਜ਼ਰੂਰ ਦਿਖਾ ਸਕਦਾ ਸੀਸੀਟੀਵੀ ਕੈਮਰਾ ਕੋ ਡਾਟਾ ਐਂਟਰੀ ਰਿਹਾ ਹੁਣ ਕਿ ਲੱਗਿਆ ਹੋਊਗਾ ਤਾਂ ਤੁਹਾਡੇ ਤੇ ਆਂਬਲਾ ਨਹੀਂ ਹੋ ਸਕਦਾ ਜਿਹੜੇ ਲੋਕਾਂ ਨੇ ਮਾਰਨਾ ਉਹ ਕੈਮਰਾ ਲੱਗਣ ਤੇ باوجود ਵੀ ਆ ਜਾਂਦੇ ਆ ਇਹੋ ਜਿਹੇ ਬਹੁਤ ਸਾਰੀਆਂ ਘਟਨਾਵਾਂ ਹੋ ਚੱਕੀਆਂ 90% ਕੇਸੇ ਸਾਧਕਲ ਸੀਸੀਟੀਵੀ ਫੁਟੇਜ ਸਾਹਮਣੇ ਆਉਂਦੀ ਹੈ ਲੇਕਿਨ ਫੇਰ ਵੀ ਗੈਂਗਸਟਰ ਤੇ ਕ੍ਰਿਮੀਨਲ ਆਪਣਾ ਕੰਮ ਕਰਨ ਤੋਂ ਕੁਰੀਜ ਨਹੀਂ ਕਰਦੇ ਹੁਣ ਦੇਖੋ ਕਤਲ ਤਾਂ ਹੋ ਗਿਆ ਦੋ ਬੰਦੇ ਚਲੇ ਗਏ ਇੱਕ ਕੋਟਾਲੀਵਾਲ ਇੱਕ ਪਰਮਜੀਤ ਹੁਣ ਪਰਮਜੀਤ ਦੇ ਪਰਿਵਾਰ ਦੇ ਮੈਂਬਰਾਂ ਦੇ ਕਹਿਣ ਤੇ ਪੁਲਿਸ ਨੇ 7-8 ਬੰਦਿਆ ਤੇ ਮਾਮਲਾ ਦਰਜ ਕਰ ਲਿਆ ਉਹਦੇ ਚ ਬਹੁਤੇ ਬੰਦੇ ਉਹ ਨੇ ਜਿਹੜੇ ਢਾਲੀਵਾਲ ਦੀ ਫੈਮਿਲੀ ਦੇ ਆਉਤੇ ਰਿਸ਼ਤੇਦਾਰ ਨੇ ਕਿੰਨੀ ਅਜੀਬ ਗੱਲ ਹੈ ਇੱਕ ਬੰਦਾ ਮਰ ਗਿਆ ਸੁਇਸਾਈਡ ਕਰਕੇ ਇੱਕ ਨੂੰ ਮਾਰ ਦਿੱਤਾ ਗਿਆ ਗੋਲੀਆਂ ਮਾਰ ਕੇ ਹੁਣ ਉਹਦਾ ਖਮਿਆਰਿਆ ਇੱਕ ਪੂਰੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਜਿਹੜੇ ਤਿੰਨ ਅਰੈਸਟ ਸ਼ੁਰੂਆਤੀ ਦੌਰ ਚ ਹੋਈਆਂ ਉਹ ਜਿਹੜੀਆਂ ਹੋਈਆਂ ਉਹ ਉਸ ਪਰਿਵਾਰ ਦੇ ਤਿੰਨ ਬੰਦਿਆਂ ਦੇ ਹੋਈਆਂ ਜਿਨ੍ਹਾਂ ਚ ਇੱਕ ਪਤੀ ਪਤਨੀ ਔਰ rna ਦੀ ਇੱਕ ਬੇਟੀ ਸ਼ਾਮਲ ਹੈ ਹੁਣ ਉਹਨਾਂ ਦਾ ਇੱਥੇ ਕੋਈ ਰੋਲ ਸੀ ਨਹੀਂ ਸੀ ਇਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਪਰ ਕਿਉਂਕਿ ਮ੍ਰਿਤਕ ਦੇ ਘਰ ਵਾਲਿਆਂ ਨੇ ਇਹਨਾਂ ਦਾ ਨਾਮ ਲੈ ਦਿੱਤਾ ਇਸ ਕਰਕੇ ਪੁਲਿਸ ਨੇ ਉਹਨਾਂ ਨੂੰ ਫੜ ਲਿਆ ਉਸ ਤੋਂ ਇਲਾਵਾ ਤਿੰਨ ਬੰਦੇ ਹੋਰ ਫੜੇ ਨੇ ਜਿਨ੍ਹਾਂ ਚੋਂ ਇੱਕ ਮਨਪ੍ਰੀਤ ਸਿੰਘ ਹੈ ਜੋ ਦੌਧਰ ਦਾ ਰਹਿਣ ਵਾਲਾ ਹੈ ਵੀ ਜਗਰਾਉਂ ਦੇ ਨੇੜੇ ਪਿੰਡਾ ਮਿੰਨੀਆਂ ਵੀ ਜਗਰਾਉਂ ਦੇ ਨੇੜੇ ਪਿੰਡਾ ਇੱਕ ਹੋਰ ਸਖ ਨਫਜੋਤ ਸਿੰਘ ਉਹ ਚੱਕਰ ਦਾ ਹੈ ਚੱਕਰਪਿੰਡ ਵੀ ਜਗਰਾਉਂ ਦੇ ਨੇੜੇ ਹੀ ਆ ਇਹ ਸਾਰੇ ਪਿੰਡ ਜਿਹੜਾ ਮੇਰਾ ਪਿੰਡਾ ਢੋਲਣ ਉਹਦੇ ਆਲੇ-ਦਾਲੀ ਦੇ ਪਿੰਡ ਨੇ ਸਾਰੇ ਤਕਰੀਬਨ ਸਾਰੇ ਪਿੰਡ ਮੈਂ ਦੇਖੇ ਹੋਏ ਆ ਜਖਰੋ ਜਿਹੜੇ ਮੇਰੇ ਦੋਸਤ ਵੀ ਨੇ ਮੇਰੇ ਦੋ ਤਿੰਨ ਕਲਾਸ ਫੈਲ ਹੋ ਰਹੇ ਤੇ ਦੌੜ ਦੌੜ ਚ ਮੇਰੇ ਦੋਸਤ ਰਹਿੰਦੇ ਨੇ ਮੈਂ ਨਾ ਪੜਦੇ ਰਹੇ ਆ ਮੈਂ ਇਹ ਪਿੰਡ ਮੈਂ ਕਦੇ ਗਿਆ ਨਹੀਂਗਾ ਲੇਕਿਨ ਬਾਹਰ ਦੇਖ ਕੇ ਵੀ ਮੇਰੇ ਕਈ ਮਿੱਤਰ ਹੈਗੇ ਨੇ ਕੋਈ ਰਿਸ਼ਤੇਦਾਰੀਆਂ ਵੀ ਨੇ ਇਹ ਤਲਾਕ ਤੇ ਇਹੋ ਜਿਹਾ ਕਾੜ ਪਹਿਲਾਂ ਨਹੀਂ ਸੀ ਹੁੰਦੇ ਅਤਵਾ ਦੇ ਟਾਈਮ ਤੇ ਵੀ ਇੰਨਾ ਨਹੀਂ ਸੀ ਜਨਾ ਹੁਣ ਹੋ ਰਿਹਾ ਤੁਹਾਨੂੰ ਜਖਰਾਉ ਤਾਂ ਕਿੱਸੇ ਯਾਦ ਆਉਣਾ ਮੱਢੀ ਚ ਜਿਹੜੇ ਦੋ ਸੀਆਈਏ ਸਟਾਫ ਤੇ ਅਫਸਰਾਂ ਨੂੰ ਮਾਰ ਕੇ ਚਲੇ ਗਏ ਸੀ ਔਰ ਉਹ ਤੋਂ ਬਾਅਦ ਜਿਹੜਾ ਪੁਲਿਸ ਦਾ ਆਪਰੇਸ਼ਨ ਹੋਇਆ ਤੇ ਜੈਪਾਲ ਭੁੱਲਰ ਤੇ ਉਹਦਾ ਸਾਥੀ ਮਾਰੇ ਗਏ ਇਹ ਇਹ ਸਾਰਾ ਕੁਝ ਜਕਰਾਉ ਹੋੜ ਲੱਗਾ ਮੌਕਾ ਜਕਰਾਉ ਅੱਜ ਇੱਕ ਬਹੁ ਵੱਡਾ ਸੈਂਟਰ ਬਣ ਗਿਆ ਗੈਂਗਸਟਰਸ ਔਰ ਕ੍ਰਿਮੀਨਲਸ ਦੀ ਐਕਟੀਵਿਟੀਜ਼ ਦਾ ਬੜੀ ਮਾਦਭਾਗੀ ਗੱਲ ਹੈ ਪਰ ਪੁਲਿਸ ਔਰ ਜਿਹੜਾ ਤੰਤਰ ਮੰਤਰ ਹੈ ਉਹ ਕਿਤੇ ਨਾ ਕਿਤੇ ਫੇਲਦਾ ਨਜ਼ਰ ਆ ਰਿਹਾ ਹੈ ਲੁਧਿਆਣਾ ਰੂਰਲ ਤੇ ਐਸਪੀ ਉਹਨਾਂ ਦਾ ਨਾਮ ਮੇਰੇ ਕੋਲ ਹੈਗਾ ਹਰਜੀਤ ਸਿੰਘ ਐਸਪੀ ਨੇ ਹਰਜੀਤ ਸਿੰਘ ਉਹਨਾਂ ਨੇ ਕਿਹਾ ਕਿ ਇਹ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕ ਦਿੱਲੀ ਪੁਲਿਸ ਦਿੱਲੀ ਦੀ ਰਜਿਸਟਰਡ ਗੱਡੀ ਕਾਰ ਦਿੱਲੀ ਨੰਬਰ ਦੀ ਉਹ ਆਈ ਸੀ ਦੋ ਬੰਦੇ ਉਸ ਦਿੱਲੀ ਰਜਿਸਟ੍ਰੇਸ਼ਨ ਨੰਬਰ ਦੀ ਗੱਡੀ ਚਾਉਂਦੇ ਔਰ ਗੋੜੀਆਂ ਚਲਾਉਂਦੇ ਉਸ ਤੋਂ ਬਾਅਦ ਜਿਹੜੇ ਦੋ ਬੰਦੇ ਪਹਿਲਾਂ ਪਹੁੰਚਦੇ ਆ ਉਹ ਉਹਨਾਂ ਦੀ ਭੱਜਣ ਵਿੱਚ ਮਦਦ ਕਰਦੇ ਉਸ ਤੋਂ ਬਾਅਦ ਉਹ ਗੱਡੀ ਮੋਗੇ ਦੇ ਨੇੜੇ ਫੋਕਲ ਪੁਆਇੰਟ ਜਿਹੜਾ ਹੈ ਉਤੋਂ ਰਿਕਵਰ ਕੀਤੀ ਜਾਂਦੀ ਹੈ ਇਹਦਾ ਮਤਲਬ ਉਹਨਾਂ ਦੇ ਇੱਕ ਹੋਰ ਗੈਟ ਅਵੇ ਵਹੀਕਲ ਵੀ ਸੀ ਹੁਣ ਤੁਸੀਂ ਦੇਖੋ ਪੂਰੀ ਪਲੈਨਿੰਗ ਇੱਕ ਬੰਦੇ ਦਾ ਬਦਲਾ ਲੈ ਗੱਡੀ ਰੇਂਜ ਕੀਤੀ ਜਾਂਦੀ ਹੈ ਚਾਰ ਬੰਦੇ ਰੇਂਜ ਕੀਤੇ ਜਾਂਦੇ ਆ ਗੱਡੀ ਅਬੈਂਡਨ ਵੀ ਕਰ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਭਜਾਉਣ ਲਈ ਹੋਰ ਕਿਤੇ ਵਹੀਕਲ ਦਾ ਇੰਤਜ਼ਾਮ ਵੀ ਕੀਤਾ ਜਾਂਦਾ ਔਰ ਆਲਟੀਮੇਟਲੀ ਉਹ ਬੰਦੇ ਸਾਰੇ ਉੱਥੋਂ ਭਜਣ 'ਚ ਕਾਬਜਾਬ ਹੋ ਜਾਂਦੇ ਹੁਣ ਜਿਹੜੇ ਤਿੰਨ ਬੰਦੇ ਹੋਰ ਪੁਲਿਸ ਨੇ ਫੜੇ ਉਹਨਾਂ 'ਚੋਂ ਇੱਕ ਬੰਦਾ ਮਨਦੀਪ ਸਿੰਘ ਜਿਹੜਾ ਦੋ ਦਿਨ ਦਾ ਰਹਿਣ ਵਾਲਾ ਉਹ ਆਲਰੇਡੀ ਕਪੂਰਤਾਲਾ ਜੇਲ੍ਹ ਵਿੱਚ ਕੇਸ ਤੇ ਚੌਕਸਾ ਹੋਇਆ ਜੇਲ੍ਹ ਦੇ ਅੰਦਰ ਉਹਨੂੰ ਜੇਲ੍ਹ ਤੋਂ ਰਿਮਾਂਡ ਲੈ ਕੇ ਉਹਦਾ ਟਰਾਂਜ਼ਿਟ ਮਾਰ ਲੈ ਕੇ ਜਿਹੜਾ ਉਹ ਉਹਨੂੰ ਕੱਢਿਆ ਗਿਆ ਬਾਹਰ ਤੇ ਉਹਦੀ ਪੁੱਛਗਿੱਛ جاری ਆ ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਬੰਦੇ ਜੇਲ੍ਹਾਂ 'ਚ ਬੈਠੇ ਇਸ ਕਿਸਮ ਦੇ ਹੁਣ ਲੱਗਦਾ ਇਹ ਹੈ ਕਿ ਪੂਰਾ ਜਿਹੜਾ ਇਹ ਘਟਨਾਕਰਮ ਹੈ ਸਾਰਾ ਉਸ ਮਨਦੀਪ ਨੇ ਪਲਾਨ ਕੀਤਾ ਹੁਣ ਅਗਰ ਜੇਲ੍ਹਾਂ 'ਚ ਬਹਿ ਕੇ ਸਾਰਾ ਕੁਝ ਪਲਾਨ ਹੋ ਰਿਹਾ ਸੀ ਬੜੀ ਬੜੀ ਫੜ ਚੁੱਕੇ ਆ ਬੜੀ ਬੜੀ ਗੱਲਾਂ ਕਰ ਚੁੱਕੇ ਆ ਇਨਕਲੂਡਿੰਗ ਸਿੱਧੂ ਮੂਥੇ ਵਾਲੇ ਦਾ ਕੇਸ ਜਿੰਨੇ बटे ਇਹਦੇ ਕੰਟਰਪਰੇਟਰਸ ਨੇ ਉਹ ਸਾਰਿਆਂ ਨੇ ਜੇਲ੍ਹਾਂ 'ਚ ਬੈਠ ਕੇ ਇਹ ਸਾਰੀ ਪਲੈਨਿੰਗ ਬਣਾਈ ਹੁਣ ਜੇਲ੍ਹਾਂ 'ਚੋਂ ਰੋਜ਼ ਹੀ ਫੋਨ ਫੜੇ ਜਾਂਦੇ ਕੱਲ ਵੀ ਫੜੇਗੇ ਫੇਰ ਜੇਲ੍ਹਾਂ ਤੋਂ 8-10 ਫੋਨ ਫੜੇ ਗਏ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਫੋਨ ਫੜੇਗੇ ਕਿਹਨੇ ਦਿੱਤੇ ਨਹੀਂ ਦਿੱਤੇ ਕੋਈ ਇਨਕੁਆਇਰੀ ਨਹੀਂ ਕੀਤੀ ਜਾਂਦੀ ਹੁਣ ਇਹ ਬਹਾਨਾ ਲਾਉਣ ਲੱਗ ਗਏ ਕਿ ਜੇਲ੍ਹ ਦੀਆਂ ਕੰਧਾਂ ਦੇ ਉੱਪਰ ਦੀ ਬਾਹਰੋਂ ਫੋਨ ਛੱਡ ਦਿੱਤੇ ਜਾਂਦੇ ਹੁਣ ਫੋਨ ਕੁਜੜਾ ਕੋ ਫੋਟਬਾਲ ਤਾਂ ਹੈ ਨਹੀਂ ਜਾਂ ਕ੍ਰਿਕਟ ਦੀ ਬਾਲ ਨਹੀਂ ਹੈ ਕਿ ਬਾਹਰ ਸਿੱਟੀ ਅੰਦਰ ਜਾਊਗੀ ਟੁੱਟਣੀ ਭੱਜਣੀ ਨਹੀਂ ਕੋਈ ਵੀ ਸਾਬ ਲੂਗਾ ਇਹ ਤਾਂ ਬੜੀ ਫਰੇਜਾਈਲ ਚੀਜ਼ ਹੈ ਕੱਚ ਵਰਗੀ ਚੀਜ਼ ਹੈ ਬਾਹਰ ਸਿੱਟੋਂ ਕੇ ਥੱਲੇ ਕਿਤੇ ਦੇਖੋਗੇ ਨਾ ਟੁੱਟਣਾ ਹੀ ਟੁੱਟਣਾ ਪਰ ਇਹੋ ਜੇ ਬਹਾਨੇ ਸਾਡੀ ਜੇਲ ਅਟਨ ਸਪੈਸ਼ਲ ਲਾ ਰਹੀ ਆ ਕਿ ਜਿਹਦਾ ਕੋਈ ਹੱਥੋ ਹੀ ਨਹੀਂ ਗੱਲਾਂ ਲੱਗਦੀਆਂ ਜਾਂ ਕੋਈ ਜਿਹੜਾ ਫੋਨ ਹੈ ਕਿਸੇ ਅ ਸਰਹਾਣੇ ਚ ਲਿਬੇਟ ਕੇ ਅੰਦਰ ਸਿੱਟਿਆ ਜਾਂਦਾ ਜਾਂ ਕਿਵੇਂ ਸਿੱਟਿਆ ਜਾਂਦਾ ਅੰਦਰ ਪੋਰਟਵਾਲ ਚ ਪਾ ਕੇ ਸਿੱਟਿਆ ਜਾਂਦਾ ਇਹ ਕੋਈ ਨਹੀਂ ਦਾਤਰਾ ਫੜੇ ਜਾਂਦੇ ਤੇ ਬਾਹਰ ਦੇ ਲਾਉਂਦੇ ਨੇ ਕਿਸੇ ਜੇਲ੍ਹ ਦੇ ਅਧਿਕਾਰੀ ਤੇ ਕੇਸ ਦਰਜ ਨਹੀਂ ਹੁੰਦਾ ਕੇਸ ਦਰਜ ਹੁੰਦਾ ਕੈਦੀਆਂ ਤੇ ਕੈਦੀਆਂ ਕੋਲੇ ਪਹੁੰਚਿਆ ਕਿਵੇਂ ਕਿਹਨੇ ਪਹੁੰਚਾਇਆ ਉਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਹੁੰਦੀ ਆ ਥੋੜੇ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਇੱਕ ਆਫੀਸ਼ਲ ਜਿਹੜੀ ਪਿਛਲੇ ਇੱਕ ਸਾਲ ਦਾ ਚਿੱਟਾ ਦੱਸਿਆ ਸੀ ਆਪਣੀਆਂ ਪ੍ਰਾਪਤੀਆਂ ਦਾ ਉਹ ਜਿਹੜੇ ਆਜੀ ਹੈੱਡਕੁਆਰਟਰ ਜਿਹੜੇ ਦਾਸਤੇ ਹੁੰਦੇ ਨੇ ਹਰ ਹਫਤੇ 100 ਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਕਿ 400 ਤੋਂ ਜ਼ਿਆਦਾ ਜਿਹੜੇ ਗੈਂਗਸਟਰ ਨੇ ਹਾਰਡ ਕੋਰਡ ਕ੍ਰਿਮੀਨਲ ਉਹਨਾਂ ਨੂੰ ਨਿਊਟਰਲਾਈਜ਼ ਕੀਤਾ ਗਿਆ ਉਹਨਾਂ ਨੂੰ ਮਤਲਬ ਪਕੜਿਆ ਗਿਆ ਉਹ ਤਾਂ ਕਿ ਅਗਲੀਆਂ ਗਤੀਵਿਧੀਆਂ ਨਾ ਕਰ ਸਕਣ ਇਸੇ ਤਰ੍ਹਾਂ EGTP ਐਂਟੀ ਗੈਂਗਸਟਰ ਟ੍ਰਾਂਸਪੋਰਟ ਉਨੇ 111 ਜਿਹੜੇ ਮੋਡਿਊਲ ਸੀ ਕ੍ਰਿਮੀਨਲ ਦੇ ਉਹਨਾਂ ਨੂੰ ਬਸਟ ਕੀਤਾ ਇੰਨੀ ਵੱਡੀ ਕਾਰਵਾਈ ਹੋਣ ਤੇ ਬਾਅਦ ਵੀ ਉਹਦੇ 'ਚ ਇੱਕ ਵੀ ਰਿਪੋਰਟ ਇਹ ਨਹੀਂ ਹੈ ਕਿ ਅਸੀਂ ਇਹਨੇ ਬੰਦੇ ਉਹ ਫੜੇ ਜਿਹੜੇ ਹਥਿਆਰ ਸਪਲਾਈ ਕਰਦੇ ਸੀ ਜੇਹਾਂ 'ਚ ਟੈਲੀਫੋਨ ਮੋਬਾਈਲ ਕੌਣ ਸਪਲਾਈ ਕਰਦੇ ਸੀ ਜਾਂ ਜਿਹੜੇ ਡਰੱਗ ਸਪਲਾਈ ਕਰਦੇ ਸੀ ਇਹ ਜ਼ਰੂਰ ਦੱਸਿਆ ਕਿ ਇਹਨੇ ਹਥਿਆਰ ਅਸੀਂ ਫੜੇ ਉਹਨਾਂ ਹਥਿਆਰਾਂ ਤੇ ਅ ਭੰਡੀ ਗਿਣਤੀ ਜਿਹੜੀ ਆ ਉਹ ਦੇਤੀ ਘਟਿਆਦੀ ਆ ਜਿਹੜੇ ਸੁਪਰਸਟੀਕਟਡ ਹਥਿਆਰ ਪੜੇ ਗਏ ਨੇ ਉਹ ਆਏ ਕਿੱਥੋਂ ਕਿੱਥੋਂ ਖਰੀਦੇ ਗਏ ਕਿਨੇ ਵਿਚੇ ਕਿਹੜੇ ਕੰਟਰੀ ਦੇ ਬਣੇ ਆ ਦੇਸ਼ ਦੇ ਅੰਦਰ ਕਿਵੇਂ ਆਏ ਉਹਦੇ ਬਾਰੇ ਕੋਈ ਵੀ ਰਿਪੋਰਟ ਇਨਵੈਸਟੀਗੇਸ਼ਨ ਰਿਪੋਰਟ ਨਹੀਂ ਹੈ ਹੁਣ ਕੀ ਤੁਹਾਨੂੰ ਇਹ ਲੱਗਦਾ ਇਹ ਘਟਨਾ ਮੈਂ ਇਸ ਕਰਕੇ ਸੁਣਾਈ ਇਹ ਜਦੋਂ ਘਟਨਾ ਆਉਂਦੀ ਹੈ ਉਸ ਤੋਂ ਬਾਅਦ ਵੱਡੇ ਲੈਵਲ ਤੇ ਧਰ ਪਕੜ ਸ਼ੁਰੂ ਹੁੰਦੀ ਐਨਾ ਇਹਦੇ ਚਾਪੇ ਹੀ ਪੈਂਦੇ ਆ ਪੰਜਾਬ ਪੂਰੇ ਦੇ ਚਾਪੇ ਪੈਂਦੇ ਆ ਔਰ ਉਸ ਤੋਂ ਬਾਅਦ ਅਰਸ਼ਦ ਅੱਲਾ ਦੇ ਟਿਕਾਣਿਆਂ ਤੇ ਛਾਪੇ ਮਾਰੇ ਜਾਂਦੇ ਆ ਔਰ ਆਲਟੀਮੇਟਲੀ 7 ਤਰੀਕ ਦਾ ਇਹ ਹਾਦਸਾ ਦੇਖਦੇ ਹੋਏ ਕੱਲ ਉਹ ਸਾਕਸ਼ ਨੂੰ ਡੈਜ਼ਿਗਨੇਟਿਡ ਟੈਰਰਿਸਟ ਕੋਸ਼ਿਤ ਕਰ ਦਿੱਤਾ ਜਾਂਦਾ ਔਰ ਉਹਦੇ ਤੇ ਦੱਸਿਆ ਗਿਆ ਕਿ ਇਹਦੇ ਪਾਕਿਸਤਾਨ ਚ ਲਿੰਕ ਨਹੀਂ ਮਰੀਲਾ ਚ ਲਿੰਕ ਨਹੀਂ ਮਲੇਸ਼ੀਆ ਦਰਕਰ ਦੇਦਾ ਹੈਗਾ ਹੁਣ ਕੀ ਇਹਦਾ ਅਸਰ ਹੋਏਗਾ ਇਹੋ ਜੇ ਡੈਫਿਨਿਟਿਡ ਟੈਰਰਿਸਟ ਪੰਜਾਬ ਤੋਂ ਜ਼ਿਆਦਾ ਆਲਰੇਡੀ ਵਿਦੇਸ਼ਾਂ 'ਚ ਬੈਠੇ ਨੇ ਦਾਉਦ ਇਬਰਾਹਿਮ ਗਲੋਬਲ ਟੈਰਰਿਸਟ ਇਹਨੂੰ UN ਨੇ ਗਲੋਬਲ ਟੈਰਰਿਸਟ ਕਿਹਾ ਉਹ ਅਜੇ ਤੱਕ ਦੇਸ਼ ਦੇ ਹੱਥ ਨਹੀਂ ਆਇਆ ਟਾਈਗਰ ਮਹਿਮਨ ਅਜੇ ਤੱਕ ਹੱਥ ਨਹੀਂ ਆਇਆ ਹੋਰ ਬੜੇ سارے ਬੰਦੇ ਜਿਹਨੂੰ ਯੇ ਨਾਨੀਆਂ ਆਰਗੇਨਾਈਜੇਸ਼ਨ ਬੈਨ ਕੀਤੀਆਂ ਹੋਈਆਂ ਪਰ ਸਰਕਾਰ ਨੇ ਬੜੇ ਸਾਲਾਂ ਕੋ ਲੋਕ ਬਾਹਰ ਬੈਠੇ ਹਨ ਖਾਲੀ ਪੰਜਾਬ ਤੋਂ ਨਹੀਂ ਜੋ ਮੂ ਕਸ਼ਮੀਰ ਦੇ ਨਾਰਥ-ਈਸਟ ਸਟੇਟਸ ਦੇ ਸ੍ਰੀ ਲੰਕਾ 'ਚ ਬੈਠੇ ਬਹੁਤ ਸਾਰੇ ਤਮਿਲ ਤਮਿਲਨਾਡੂ ਦੇ ਲੋਕ ਇਹ ਸਾਰੇ ਟੈਰਰਿਸਟ ਦੇਖਲੇਰ ਕੀਤੇ ਹੋਏ ਨੇ ਇਕ ਕੋਈ ਸਾਊਥ ਅਫਰੀਕਾ 'ਚ ਬੈਠਾ ਕੋਈ ਸ੍ਰੀ ਲੰਕਾ ਜਾ ਕੇ ਬੈਠਾ ਕੋਈ ਬਰਮਾ ਤੇ ਜਾ ਕੇ ਕੁਝ ਉਪੇ ਹੋਏ ਨੇ ਕੋਈ ਨਾਰਥ ਇੰਸਟੇਟ ਦੇ ਨਾਲ ਕੋਈ ਹਾਈਲੈਂਡ ਜਾ ਕੇ ਬੈਠਾ ਕੋਈ ਵਿਏਟਨਾਮ ਤੇ ਬੈਠਾ ਕੋਈ ਹਾਂਗਕਾਂਗ ਬੈਠਾ ਕੋਈ ਸਿੰਗਾਪੁਰ ਬੈਠਾ ਕਿਤੇ ਨੂੰ ਵਾਪਸ ਡਾਊਨ ਚ આજ ਤੱਕ ਸਰਕਾਰ ਕਾਮਯਾਬ ਨਹੀਂ ਹੋਈ ਪਤਾ ਇਹ ਲੱਗਿਆ ਕਿ ਐਨਆਈਏ ਨੇ ਔਰ ਸਾਡੀ ਫੋਰਨ ਮਿਨਿਸਟਰੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਐਮਈਏ ਇਹਨਾਂ ਨੇ ਇੱਕ ਡਿਪਲੋਮੈਟਿਕ ਲੈਵਲ ਤੇ ਇੰਟਰਨੈਸ਼ਨਲ ਪੱਧਰ ਤੇ ਇੱਕ ਮੁਹਿੰਮ ਚਲਾਈ ਹੋਈ ਹੈ ਉਤੋਂ ਯਾ ਸਰਕਾਰਾਂ ਨੂੰ ਦੱਸਿਆ ਜਾ ਰਿਹਾ ਬਰੀਫ ਕੀਤਾ ਜਾ ਰਿਹਾ ਕਿ ਤੁਹਾਡੇ ਕੰਟਰੀ ਚ ਸਾਡੇ ਵਾਂਟਡ ਬੰਦੇ ਆ ਆ ਰਹੇ ਤੇ ਤੁਹਾਡੇ ਦੇਸ਼ ਚ ਇੱਥੇ ਇੱਥੇ ਰਹਿ ਰਹੇ ਆ ਉਹਦੇ ਨਾਲ ਨਾਲ ਬਹੁਤ ਸਾਰੇ ਬੰਦਿਆਂ ਦੀ ਲਿਸਟ ਬਣਾਈ ਗਈ ਹੈ ਐਮਆਈਏ ਨੇ ਔਰ ਮਿਨਿਸਟਰੀ ਨੇ ਉਹ ਜਦ ਕਦੇ ਵੀ ਗਲਤੀ ਨਾਲ ਹਿੰਦੂਸਤਾ ਨੂੰ ਆਉਣਗੇ ਉਹਨਾਂ ਨੂੰ 에ਰਪੋਰਟ ਤੋਂ ਫੜ ਲਿਆ ਜਾਊਗਾ ਉਹ ਨੈਗੇਟਿਵ ਲਿਸ਼ਟ ਤੇ ਪਾਏ ਗਏ ਆ ਨਾ ਡਿclare ਨਹੀਂ ਕੀਤੇ ਗਏ ਕਿਉਂਕਿ ਅਗਰ ਨਾ ਡਿਕਲੇਅਰ ਕਰਨਗੇ ਤਾਂ ਬੰਦੇ ਐਨ ਵਾਪਸ ਨਹੀਂ ਆਉਣਾ। ਕੁਝ ਗਲਤੀਆਂ ਸਾਡੇ ਬੰਦਿਆਂ ਦੀ ਆ ਵੀ ਨਹੀਂ। ਬਾਹਰ ਜਾਂਦੇ ਰੋਟੀ ਰੋਜ਼ੀ ਕਮਾਉਣ। ਲੇਕਿਨ ਉੱਥੇ ਜਾ ਕੇ ਹਰਕਤਾਂ ਕੁਝ ਹੋਰ ਕਰਨ ਲੱਗ ਜਾਂਦੇ। ਕੱਲ ਹੀ ਮੈਨੂੰ ਆਸਟ੍ਰੇਲੀਆ ਤੋਂ ਫੋਨ ਆਇਆ ਸੀ ਮੇਰੇ ਮਿੱਤਰਾਂ ਦੇ। 29 ਤਰੀਕ ਨੂੰ ਉੱਥੇ ਖਾਲਿਸਤਾਨ ਦਾ ਰੈਫਰੈਂਡਮ ਜਿਹੜਾ ਹੋਣ ਜਾ ਰਿਹਾ। ਜਿਹੜਾ ਪਹਿਲਾਂ ਕੈਨੇਡਾ 'ਚ ਹੋ ਚੁੱਕਾ। ਹੁਣ ਉਹ ਆਸਟ੍ਰੇਲੀਆ 'ਚ ਹੋਣਾ 29 ਤਰੀਕ ਨੂੰ। ਅੱਜ ਇੱਕ ਹੋਰ ਬੜੀ ਡਿਸਟਰਬਿੰਗ ਖਬਰ ਆ ਰਹੀ ਇਸ ਤੋਂ ਉਹ ਵੀ ਦੱਸਦੀ ਨਾਲ-ਨਾਲ। ਪੁਰਤਗਾਲ ਵਿੱਚ ਇੱਕ ਗੁਰਦੁਆਰੇ ਰਿਲੇਸਮਨ ਜਿਹੜੀ ਉਹਨਾਂ ਦੀ ਰਾਜਧਾਨੀ ਉਤੋਂ ਦੇ ਗੁਰਦੁਆਰੇ ਵਿੱਚ ਇਲੈਕਸ਼ਨਾਂ ਹੋਣੀਆਂ ਸੀ ਪ੍ਰਧਾਨਗੀ ਪਦ ਨੂੰ ਲੈ ਕੇ ਦੋ ਧਿਰਾਂ ਚ ਲੜਾਈ ਹੋ ਗਈ ਗੁਰਦੁਆਰੇ ਦੇ ਅੰਦਰ ਸਿੱਖਾਂ ਦੀ ਸਿੰਘਾਂ ਦੀ ਔਰ ਲੜਾਈ ਇੰਨੀ ਵੱਧ ਗਈ ਕਿ ਪੁਲਿਸ ਨੂੰ ਦਖਲ ਦੇਣਾ ਪਿਆ ਪੁਲਿਸ ਗੁਰਦੁਆਰੇ ਦੇ ਅੰਦਰ ਗਈ ਸਾਰੇ ਸਿੰਘਾਂ ਨੂੰ ਕਦ ਨਾਲ ਹੱਥ ਲਵਾ ਕੇ ਖੜੇ ਕਰ ਦਿੱਤਾ ਗਿਆ ਪਿੱਛੇ ਬੰਦੂਕ ਧਾਰੀ ਖੜੇ ਸੀ ਜਿਵੇਂ ਕੋਈ ਜੰਗੀ ਕੈਦੀ પડે ਹੁੰਦੇ ਆ ਲੜਾਈ ਦੇ ਮੈਦਾਨ ਉਹਨਾਂ ਦੇ ਉੱਡੇ ਉੱਡੇ ਮਾਰਦੇ ਵੀ ਤਾਂ ਖਾਏ ਗਏ ਹੱਤ ਕੜੀਆਂ ਲਾਉਂਦੇ ਔਰ ਪਰਦੇਸ ਤੁਹਾਡੇ ਅਗਰ ਗੁਰਦੁਆਰਿਆਂ ਉਥੋਂ ਦੀ ਪੁਲਿਸ ਪੂਰੀ ਰਾਇਟ ਗੀਅਰ ਚ ਔਰ ਡੰਡੇ ਹੱਥ ਤੇ ਬੰਦੂਕਾਂ ਹੱਥ ਤੇ ਪੂਰੀ ਤਿਆਰੀ ਨਾਲ ਪੁਲਿਸ ਗਈ ਹੋਈ ਬੜਾ ਡਿਸਟਰਬਿੰਗ ਵੀਡੀਓ ਹੈ ਇਹੋ ਜੇ ਕੰਮ ਅਸੀਂ ਬਾਹਰ ਜਾ ਕੇ ਕਰਾਂਗੇ ਤੇ ਸਾਡੀ ਸ਼ੱਕ ਕੀ ਰਹੇਗੀ ਗੁਰਦੁਆਰਿਆਂ ਦੀ ਲੜਾਈ ਪੁਰਤਗਾਲ ਜਾ ਕਰਕੇ ਸ਼ਹਿਰਗੇ ਲਿਸਬਨ ਵਰਗੇ ਸ਼ਹਿਰ ਚ ਕਰਨ ਦਾ ਕੋਈ ਤੁੱਕ ਸਮਝ ਨਹੀਂ ਆਉਦੀ ਤੁਸੀਂ ਉੱਥੇ ਆਪਣੀ ਰੋਟੀ ਰੋਜ਼ੀ ਕਮਾਉਣ ਗਏ ਹੋ ਉੱਥੋਂ ਦੇ ਕਈ ਲੋਕ ਸਿਟੀਜ਼ਨ ਵੀ ਬਣ ਗਏ ਹੋੜਿਆ ਔਰ ਉਤੋਂ ਦੀ ਪੁਲਿਸ ਨੂੰ ਤੁਹਾਡੇ ਗੁਰਦੁਆਰਿਆਂ ਦੀ ਜਿਹੜੀ ਮਰਿਆਦਾ ਹੈ ਰਹਿਤ ਮਰਿਆਦਾ ਹੈ ਉਹਦੀ ਸਮਝ ਨਹੀਂ ਉਹ ਬੂੜਾ ਪਾ ਕੇ ਵੀ ਅੰਦਰ ਜਾਣਗੇ ਉਹ ਆਪਣੇ ਨਾਲ ਕੁੱਤੇ ਲੈ ਕੇ ਵੀ ਅੰਦਰ ਚਲੇ ਜਾਂਦੇ ਆ ਕਈ ਇੱਕ ਵਾਰ ਇਹ ਗੁਰਦੁਆਰੇ ਚ ਇੰਗਲੈਂਡ ਦੇ ਘੋੜੇ ਲੈ ਕੇ ਵੀ ਚਲੇ ਗਏ ਸੀ ਮਾਉਂਟਰਨ ਪੁਲਿਸ ਤਾਂ ਇਸ ਕਰਕੇ ਨਾ ਇਤਿਜਾ ਤੋਂ ਬਚਣਾ ਚਾਹੀਦਾ ਆਪਣੀ ਜਿਹੜਾ ਅਸੀਂ ਕੰਮ ਕਰਨ ਗਏ ਆਂ ਔਰ ਆਪਣੀ ਕੁਝ ਬੰਦਿਆਂ ਦੀਆਂ ਹਰਕਤਾ ਕਰਕੇ ਪੂਰੀ ਕੌਮ ਦਾ ਰਾਜ ਦਾ ਸਟੇਟ ਦਾ ਦੇਸ਼ ਦਾ ਨਾ ਖਰਾਬ ਹੁੰਦਾ ਹੁਣ ਇਲੈਕਸ਼ਨ ਪਿੱਛੇ ਲੜਨਾ ਇਹ ਕਿੰਨੀ ਕਿ ਸਿਆਣਪ ਹੈ ਦੱਸੋ ਆਪ ਕੋ ਵੱਡਾ ਕੇਸ ਹੋਵੇ ਕਿ ਗੁਰਦੁਆਰੇ ਦੀ ਕਿਸ ਨੇ ਬੇਅਦਬੀ ਕੀਤੀ ਹੈ ਜਾ ਕੋਈ ਹੋਰ ਹੀ ਗੱਲ ਹੋਈ ਹੈ ਫਿਰ ਅਸੀਂ ਇਸ ਟੈਨਡੈਂਸ ਤੇ ਚੰਗੇ ਲੱਗਦੇ ਆ ਤੈਨੂੰ ਪ੍ਰਧਾਨ ਕੀ ਪਾਦਲੀ ਲੜਤੀ ਹੈ ਔਰ ਪੁਲਿਸ ਨੂੰ ਆਉਣਾ ਪਵੇ ਇਹ ਉਹ ਨਹੀਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਸੋ ਦੋਸਤੋ ਇਹ ਇਸ ਗੱਲ ਤੇ ਲੱਗਦਾ ਨਹੀਂ ਕਿ ਕੋਈ ਬਹੁਤ ਵੱਡੀ ਕਾਮਯਾਬੀ ਇਸ ਆਰਡਰ ਤੋਂ ਬਾਅਦ ਸਰਕਾਰ ਨੂੰ ਮਿਲ ਸਕੀ ਇੱਕ ਮੈਂਟਲ ਪ੍ਰੈਸ਼ਰ ਜ਼ਰੂਰ ਹੁੰਦਾ ਕਿ ਉਹ ਬੰਦਾ ਹੁਣ ਥੋੜਾ ਜਆ ਮੂਵ ਕਰਨ ਤੇ ਦਰੇਗਾ ਕਿਉਂਕਿ ਕਈ ਕੰਟਰੀਜ਼ ਦੇ ਕਾਨੂੰਨ ਜਿਹੜੇ ਨੇ ਉਹ ਕ੍ਰਿਮੀਨਲ ਲਈ ਹੋਰ ਨੇ ਟੈਰਰਿਸਟ ਲਈ ਹੋਰ ਨੇ ਇੱਕ ਕੁਆਂਟਿਟਿਡ ਕ੍ਰਿਮੀਨਲ ਤਾਂ ਇਹ ਕਹਿ ਸਕਦਾ ਹੈ ਕਿ ਜੀ ਮੈਨੂੰ ਤੰਗ ਕੀਤਾ ਗਿਆ ਸੀ ਮੈਂ ਇਸ ਕਰਕੇ ਮੇਰੇ ਪਿੱਛੇ ਸਰਕਾਰ ਪਈ ਹੈ ਹੁਣ ਜਦੋਂ ਇਹਨੂੰ ਇੱਕ ਬੜੇ ਆਰਗੇਨਾਈਜ਼ਡ ਕ੍ਰਾਈਮ ਨਾਲ ਜੋੜਿਆ ਜਾ ਰਿਹਾ ਦੋਸ਼ੀਰ ਮਜ਼ਬੂਤ ਕੀਤਾ ਜਾ ਰਿਹਾ ਨਾਲ ਇਹ ਕਿਹਾ ਜਾ ਰਿਹਾ ਕਿ ਅਰਬੀਪ ਨੂੰ ਵਾਪਸ ਦੇਸ਼ ਲਿਆਉਣ ਦੀਆਂ ਤਿਆਰੀਆਂ ਤੇ ਸਰਕਾਰ ਲੱਗੀ ਹੋਈ ਹੈ ਪੰਜਾਬ ਦੇ ਡੀਜੀਪੀ ਨੇ ਵੀ ਕਿਹਾ ਸੋ ਅਗਰ ਉਹ 7 ਤਰੀਕ ਦੀ ਘਟਨਾ ਮਾਰ ਦੇ ਕੇ ਪਿੰਡ ਚ ਨਾ ਹੁੰਦੀ ਸ਼ਾਇਦ ਇਹ ਆਰਡਰ ਅਜੇ ਹੋਰ ਕੁਝ ਨਾ ਬਾਹਰ ਨਿਕਲਦਾ ਲੇਕਿਨ ਉਹ ਐਕਸਪੀਡੀਟ ਕੀਤਾ ਗਿਆ ਇਹਨੂੰ ਜਲਦੀ ਇਹਨੂੰ ਲਿਆਂਦਾ ਗਿਆ ਸਾਹਮਣੇ ਤੋਂ ਇਸ ਕੇ ਸੰਬੰਧੇ ਆਰਡਰ ਅਜੇ ਹੋਰ بڑے ਲੋਕਾਂ ਦੇ ਖਿਲਾਫ ਨਿਕਲਣ ਦੀ ਗੱਲ ਕਹੀ ਜਾ ਰਹੀ ਔਰ بڑے ਲੋਕਾਂ ਦੇ ਖਿਲਾਫ ਵੀ ਆੜਗੇ ਸੋ ਦੇਖਦੇ ਆਉਣ ਵਾਲੇ ਦਿਨਾਂ 'ਚ ਕਿਸ ਕਿਸਮ ਦੀਆਂ ਕਾਰਵਾਈਆਂ ਸਰਕਾਰ ਹੋਰ ਕਰਦੀ ਹੈ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ